ਵਾਹਿਗੁਰੂ। ਸਤਿ ਸ਼੍ਰੀ ਅਕਾਲ ਜੀ ਸਭ ਨੂੰ, ਜੀ ਆਇਆਂ ਨੂੰ ਜੀ। ਅੱਜ ਦੀ ਸ਼ੁਰੂਆਤ ਅਸੀਂ ਇਸ ਹੋਟਲ ਤੋਂ ਕਰ ਰਹੇ ਹਾਂ। ਕੱਲ੍ਹ ਰਾਤੀ ਅਸੀਂ ਪਹੁੰਚੇ ਸੀ, ਰਾਤੀ ਦੇਰ ਨਾਲ ਅਸੀਂ ਜਾਣਾ ਤਾਂ ਡੁਬਰੀ ਸੀ, ਲੇਕਿਨ ਦਿਨ ਦੀ ਸ਼ੁਰੂਆਤ ਹੀ ਉੱਥੋਂ ਦੇਰ ਨਾਲ ਹੋਈ ਸੀਗੀ। ਇਨਫੈਕਟ ਦਿਨ ਦੀ ਸ਼ੁਰੂਆਤ ਤਾਂ ਜਲਦੀ ਹੋਈ ਸੀ, ਲੇਕਿਨ ਸਾਨੂੰ ਉਹ ਮੋਨੇਸਟਰੀ ਕਰਦੇ ਹੋਏ ਨਿਕਲਣ ਦੀ ਦੇਰ ਹੋ ਗਈ, ਅਤੇ ਇਸ ਕਰਕੇ ਅਸੀਂ ਇਹ ਸੋਚਿਆ ਕਿ ਰਾਤ ਨੂੰ ਇੱਥੇ ਰੁਕ ਜਾਈਏ। ਇਹ ਉਹ ਹੋਟਲ ਹੈ ਜਿੱਥੇ ਅਸੀਂ ਜਾਂਦੀ ਵਾਰ ਵੀ ਰੁਕੇ ਸੀ, ਜਿਸ ਤੋਂ ਅਸੀਂ ਭੂਟਾਨ ਜਾ ਰਹੇ ਸੀਗੇ, ਅਤੇ ਸਾਡੀ ਪਰਮਿਸ਼ਨ ਸਾਨੂੰ ਰੋਡ ਦੀ ਨਹੀਂ ਮਿਲੀ ਸੀ, ਅਤੇ ਅਸੀਂ ਇਸੀ ਸਥਾਨ 'ਤੇ ਰੁਕੇ ਸੀਗੇ। ਇਹ ਫੁਨਸਲਿੰਗ ਹੈਗਾ ਇੰਡੀਆ ਅਤੇ ਭੂਟਾਨ ਦਾ ਬਾਰਡਰ। ਹੁਣ ਅਸੀਂ ਤਿਆਰ ਹਾਂ ਚਾਲੇ ਪਾਉਣ ਲਈ, ਸਿੱਧਾ ਡੁਬਰੀ ਸਾਹਿਬ ਜਾਣ ਲਈ। ਰਸਤੇ ਸ਼ਾਇਦ ਅਸੀਂ ਰੁਕੀਏ ਕੂਚ ਬਿਹਾਰ, ਕਿਉਂਕਿ ਸਾਨੂੰ ਦੱਸਿਆ ਗਿਆ ਕਿ ਉੱਥੇ ਇੱਕ ਮੰਦਿਰ ਹੈਗਾ ਜਿੱਥੇ ਗੁਰੂ ਨਾਨਕ ਦੇਵ ਜੀ ਗਏ ਸੀਗੇ, ਅਤੇ ਉਹਦਾ ਪਤਾ ਕਰਕੇ ਅਸੀਂ ਉਹ ਮੰਦਿਰ ਵੀ ਕਵਰ ਕਰਾਂਗੇ, ਤੁਹਾਨੂੰ ਦਿਖਾਵਾਂਗੇ। ਅਤੇ ਤੁਸੀਂ ਵੀ ਆਓ ਸਾਡੇ ਨਾਲ, ਚਲੋ ਆਸਾਮ ਡੁਬਰੀ ਸਾਹਿਬ ਅਤੇ ਰਸਤੇ 'ਚ ਕੂਚ ਬਿਹਾਰ। ਤਾਰੇ ਛੱਪੇ ਅੰਧੇਰ ਬਲੋ ਸਤਿਗੁਰ। ਅਸੀਂ ਹੁਣ ਨਿਕਲ ਪਏ ਹਾਂ ਜਾਣ ਲਈ ਡੁਬਰੀ, ਜਿਹੜਾ ਕਿ ਆਸਾਮ ਵਿੱਚ ਹੈ, ਕੂਚ ਬਿਹਾਰ ਹੋ ਕੇ। ਹੁਣ ਇਸ ਵਕਤ ਅਸੀਂ ਜਿਹੜਾ ਹੈਗਾ ਇਹ ਇੰਡੀਆ ਅਤੇ ਭੂਟਾਨ ਦਾ ਜਿਹੜਾ ਬਾਰਡਰ ਹੈਗਾ, ਭੂਟਾਨ ਵਾਲੇ ਪਾਸੋਂ ਹੁਣ ਅਸੀਂ ਇੰਡੀਆ ਐਂਟਰ ਕਰਨ ਲੱਗੇ ਹੈਗੇ ਹਾਂ। ਤੁਹਾਨੂੰ ਬਾਰਡਰ ਵੀ ਦਿਖਾਉਂਦੇ ਹਾਂ ਕਿ ਬਾਰਡਰ ਕਿਸ ਤਰ੍ਹਾਂ ਹੈਗਾ। ਇਹ ਜਿਹੜਾ ਸ਼ਹਿਰ ਹੈਗਾ ਫੁਨਸਲਿੰਗ, ਇਹਦੇ ਅੰਦਰ ਆਉਣ ਜਾਣ ਦੇ ਉੱਤੇ ਇੰਡੀਅਨ ਗੱਡੀਆਂ ਦੀ ਕੋਈ ਪਾਬੰਦੀ ਨਹੀਂ ਹੈਗੀ, ਲੇਕਿਨ ਜਿਸ ਵਕਤ ਇਸੋ ਥੋੜ੍ਹਾ ਜਿਹਾ ਤੁਸੀਂ 2 ਕਿਲੋਮੀਟਰ ਬਾਹਰ ਜਾਂਦੇ ਹੋ, ਫਿਰ ਉੱਥੇ ਚੈੱਕ ਪੋਸਟ ਹੈਗੀ, ਉਹ ਪੂਰਾ ਚੈੱਕ ਕਰਦੀ ਹੈ ਤੁਹਾਡੀ ਪਾਸਪੋਰਟ ਅਤੇ ਤੁਹਾਡੇ ਪਰਮਿਟ, ਜੇ ਉਹ ਤੁਹਾਡੇ ਕੋਲ ਹੁੰਦਾ ਫਿਰ ਤੁਸੀਂ ਜਾ ਸਕਦੇ ਹੋ। ਇੱਥੇ ਟ੍ਰੇਨ ਵਾਸਤੇ ਉਹਨਾਂ ਨੇ ਥੋੜ੍ਹਾ ਜਿਹਾ ਰਿਲੈਕਸੇਸ਼ਨ ਦੇ ਰੱਖਿਆ ਹੈਗਾ ਇੰਡੀਅਨ ਗੱਡੀਆਂ ਨੂੰ, ਜਿਹੜਾ ਕਿ ਇੱਥੇ ਆ ਜਾ ਸਕਦੀਆਂ। ਸੋ ਹੁਣ ਅਸੀਂ ਪਾਰ ਕਰਨ ਲੱਗੇ ਹੈਗੇ ਹਾਂ ਬਾਰਡਰ ਜਿਹੜਾ ਕਿ ਇੰਡੀਆ ਦਾ ਹੈ। ਇਹ ਹੁਣ ਅਸੀਂ ਬਾਰਡਰ ਕ੍ਰੋਸ ਕਰ ਲਿਆ, ਅਸੀਂ ਹੁਣ ਆ ਗਏ ਹਾਂ ਇੰਡੀਆ। ਸੋ ਬਾਰਡਰ ਜਿਹੜੇ ਨੇ ਖਾਲੀ ਲਕੀਰਾਂ ਨੇ, ਇਨਫੈਕਟ ਕੁਛ ਫਰਕ ਨਹੀਂ ਪੈਂਦਾ ਕਿ ਤੁਸੀਂ ਇੰਡੀਆ 'ਚ ਹੋ ਜਾਂ ਕਿਸੇ ਹੋਰ ਕੰਟਰੀ 'ਚ ਹੋ, ਬਾਰਡਰਾਂ ਦਾ ਕੋਈ ਫਰਕ ਨਹੀਂ ਹੈ। ਰੱਬ ਨੇ ਜਿਸ ਵਕਤ ਸ੍ਰਿਸ਼ਟੀ ਬਣਾਈ ਸੀ ਤਦ ਕੋਈ ਬਾਰਡਰ ਨਹੀਂ ਸੀ, ਅਸੀਂ ਇਨਸਾਨਾਂ ਨੇ ਹੀ ਲਕੀਰਾਂ ਪਾ ਕੇ ਬਾਰਡਰ ਬਣਾ ਦਿੱਤਾ। ਧੁੰਦ ਜਗ ਚਾਨਣ ਹੋ। ਅਸੀਂ ਇਸ ਵਕਤ ਕੂਚ ਬਿਹਾਰ ਦੇ ਉਨ ਜੰਗਲਾਂ 'ਚੋਂ ਗੁਜ਼ਰ ਰਹੇ ਹੈਗੇ ਹਾਂ ਜਿਹੜੇ ਕਿ ਬਹੁਤ ਹੀ ਘਨੇ ਨੇ, ਇੰਨੇ ਘਨੇ ਕਿ ਇੱਥੇ ਥੱਲੇ ਜ਼ਮੀਨ ਤੱਕ ਲਾਈਟ ਵੀ ਨਹੀਂ ਪਹੁੰਚਦੀ। ਅਸੀਂ ਕਾਫੀ ਸਾਰੇ ਜੰਗਲਾਂ ਵਿੱਚੋਂ ਉੱਤਰਾਖੰਡ ਵਿੱਚ ਹੀ ਗੁਜ਼ਰ ਰਹੇ ਹਾਂ, ਲੇਕਿਨ ਇਹ ਜੰਗਲ ਥੋੜ੍ਹੇ ਡਿਫਰੈਂਟ ਨੇ। ਇਹ ਵੈਸਟ ਬੰਗਾਲ ਦਾ ਉਹ ਹਿੱਸਾ ਹੈਗਾ ਜਿਹੜਾ ਕਿ ਇੱਥੋਂ ਹੋ ਕੇ ਆਸਾਮ ਜਾਂਦਾ ਹੈ। ਅਤੇ ਡੁਬਰੀ ਸਾਹਿਬ ਜਾਣ ਤੋਂ ਪਹਿਲੇ ਅਸੀਂ ਕੂਚ ਬਿਹਾਰ ਜਾਣ ਦੀ ਸੋਚੀ। ਇਸ ਸੜਕ ਦੇ ਉੱਤੇ ਨਾ ਕੋਈ ਖਾਸ ਟ੍ਰੈਫਿਕ ਹੈ, ਜਦਕਿ ਇਸ ਵਕਤ ਸਵੇਰ ਦੇ 10 ਵੱਜ ਰਹੇ ਨੇ, ਅਤੇ ਸਾਡੀ ਗੱਡੀ ਕੱਲੀ ਇਸ ਸੜਕ 'ਤੇ ਜਾ ਰਹੀ ਹੈ। ਬੜਾ ਘਣਾ ਜੰਗਲ ਹੈ ਅਤੇ ਚਾਰੋਂ ਤਰਫ ਗ੍ਰੀਨਰੀ ਹੀ ਗ੍ਰੀਨਰੀ ਹੈ। ਵਾਹਿਗੁਰੂ 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 ਵਾਹਿਗੁਰੂ। ਟੁਬਰੀ ਸਾਹਿਬ ਜਾਣ ਤੋਂ ਪਹਿਲੇ ਅਸੀਂ ਆਏ ਕੂਚ ਬਿਹਾਰ, ਅਤੇ ਕੂਚ ਬਿਹਾਰ ਜਿਸ ਸਥਾਨ 'ਤੇ ਅਸੀਂ ਇਸ ਵਕਤ ਖਲੋਤੇ ਹੈਗੇ ਹਾਂ, ਇਹਦਾ ਨਾਂ ਹੈ ਮਧੂਪੁਰ ਧਾਮ। ਮਧੂ ਮਤਲਬ ਸ਼ਹਿਦ। ਨਦਰ ਕਰੇ ਕਿਆ ਹੰਸ ਕਿਆ ਬਗਲਾ ਜਾ ਕੋ ਨਦਰ ਕਰੇ ਜੋ ਤਿਸ ਪਾਵੇ ਨਾਨਕਾ ਜੋ ਤਿਸ ਪਾਵੇ ਨਾਨਕਾ ਕਾਗੋ ਹੰਸ ਕਰੇ। ਇਹ ਸਥਾਨ ਸ਼੍ਰੀਮੰਤ ਸ਼ੰਕਰ ਦੇਵ ਜੀ ਦਾ ਹੈ, ਜਿਹੜੇ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸਮਕਾਲੀਨ ਹੋਏ ਨੇ। ਸਾਡਾ ਇਤਿਹਾਸ ਦੱਸਦਾ ਹੈਗਾ ਕਿ ਸ਼ੰਕਰ ਦੇਵ ਜੀ ਅਤੇ ਗੁਰੂ ਨਾਨਕ ਦੇਵ ਜੀ ਆਪਸ ਵਿੱਚ ਮਿਲੇ ਸੀ। ਇਹਦਾ ਕੋਈ ਇਤਿਹਾਸਿਕ ਪ੍ਰਮਾਣ ਨਹੀਂ ਹੈਗਾ ਕਿ ਕਿਸ ਸਥਾਨ 'ਤੇ ਮਿਲੇ ਸੀਗੇ, ਲੇਕਿਨ ਇਹਨਾਂ ਦੇ ਸੰਪ੍ਰਦਾਇ ਦੇ ਲੋਕ ਇਹ ਮੰਨਦੇ ਨੇ ਕਿ ਗੁਰੂ ਨਾਨਕ ਦੇਵ ਜੀ ਦਾ ਮਿਲਾਪ ਟੁਬਰੀ ਸਾਹਿਬ ਗੁਰਦੁਆਰਾ ਜਿੱਥੇ ਬਣਿਆ ਹੋਇਆ ਉੱਥੇ ਹੋਇਆ ਸੀ। ਜਿਸ ਸਥਾਨ 'ਤੇ ਅਸੀਂ ਖਲੋਤੇ ਹੋਏ ਹੈਗੇ ਹਾਂ, ਇਹ ਸਥਾਨ ਤਕਰੀਬਨ 500 ਸਾਲ ਤੋਂ ਵੀ ਜ਼ਿਆਦਾ ਪੁਰਾਣਾ ਹੈ। ਇੱਥੇ ਖੂਹ ਵੀ ਹੈ, ਇੱਥੇ ਇੱਕ ਇਤਿਹਾਸਿਕ ਤਾੜ ਦਾ ਪੇੜ ਵੀ ਹੈ ਜਿਹਦੇ 'ਤੇ ਨਾਰੀਅਲ ਲੱਗਦੇ ਨੇ। ਚੰਗੇ ਇੱਕ ਤਲਾਬ ਵੀ ਹੈ ਜਿਹੜਾ ਕਿ ਸ਼ੰਕਰ ਦੇਵ ਜੀ ਨੇ ਆਪਣੇ ਹੱਥ ਨਾਲ ਬਣਾਇਆ ਸੀ। ਤੂੰ ਸੱਚਾ। ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੈਗੇ ਹੋ, ਇੱਥੇ ਇਹਨਾਂ ਦੇ ਗ੍ਰੰਥ ਦਾ ਪ੍ਰਕਾਸ਼ ਹੈ। ਸਾਡੇ ਧਰਮ ਵਰਗੇ ਇਹਨਾਂ ਦੇ ਧਰਮ ਦੇ ਵਿੱਚ ਵੀ ਮੂਰਤੀ ਪੂਜਾ ਨਹੀਂ ਹੁੰਦੀ। ਇਹ ਇੱਕ ਨਿਰੰਕਾਰ ਨੂੰ ਮੰਨਦੇ ਨੇ, ਇੱਕ ਪਰਮੇਸ਼ੁਰ ਨੂੰ ਮੰਨਦੇ ਨੇ ਜਿਹਦਾ ਕਿ ਕੋਈ ਰੂਪ ਨਹੀਂ ਹੈ।
ਇਹਨਾਂ ਦੀ ਧਰਮ ਪੁਸਤਕ ਨੂੰ ਸ਼੍ਰੀਮਦ ਭਗਵਤ ਪੁਰਾਣ ਕਹਿੰਦੇ ਨੇ। ਸ਼੍ਰੀਮਦ ਭਗਵਤ ਗੀਤਾ ਤੋਂ ਇਹ ਅੱਡ ਹੈ ਸ਼੍ਰੀਮਦ ਭਗਵਤ ਪੁਰਾਣ, ਜਿਹਦੇ ਵਿੱਚ ਚਾਰ ਭਾਸ਼ਾਵਾਂ ਦਾ ਸੰਮਿਲਨ ਹੈ, ਜਿਹਦੇ ਅੰਦਰ ਅਸਮੀ, ਮੈਥਲੀ, ਬੰਗਾਲੀ ਅਤੇ ਬ੍ਰਿਜ ਭਾਸ਼ਾ, ਜਿਹਨੂੰ ਇਹ ਬ੍ਰਿਜ ਵਾਲੀ ਕਹਿੰਦੇ ਨੇ। ਉਸ ਲਿਪੀ ਵਿੱਚ ਉਸ ਭਾਸ਼ਾਵਾਂ ਦਾ ਸੰਮਿਲਨ ਕਰਕੇ ਇਹ ਗ੍ਰੰਥ ਲਿਖਿਆ ਗਿਆ ਹੈਗਾ। ਸਾਡੇ ਹੀ ਵਰਗੇ ਇਹ ਉਸ ਗ੍ਰੰਥ ਦੀ ਪੂਜਾ ਸਵੇਰੇ ਪ੍ਰਕਾਸ਼ ਕਰਦੇ ਨੇ, ਚੰਵਰ ਸਾਹਿਬ ਡੁਲਾਉਂਦੇ ਨੇ ਉਹਦੇ ਉੱਤੇ, ਅਤੇ ਸਾਡੇ ਧਰਮ ਦੇ ਵਿੱਚ ਅਤੇ ਇਹਨਾਂ ਦੇ ਧਰਮ ਦੇ ਵਿੱਚ ਬਹੁਤ ਸਮਾਨਤਾਵਾਂ ਨੇ। ਇਸ ਕਰਕੇ ਇੱਕ ਤਰੀਕੇ ਨਾਲ ਇਹ ਸਾਡੇ ਗੁਰੂ ਭਾਈ ਵੀ ਮੰਨੇ ਜਾਂਦੇ ਨੇ। ਜਦ ਵੀ ਕੋਈ ਕਾਰਜਕ੍ਰਮ ਹੁੰਦਾ ਹੈਗਾ ਸਿੱਖਾਂ ਦਾ ਜਾਂ ਇਹਨਾਂ ਦਾ, ਸਾਡੇ ਧਰਮ ਦੇ ਲੋਕ ਇਹਨਾਂ ਦੇ ਧਰਮ ਦੇ ਲੋਕ ਆਪਸ ਵਿੱਚ ਮਿਲਵਰਤਨ ਕਰਦੇ ਨੇ ਅਤੇ ਆਉਂਦੇ ਜਾਂਦੇ ਨੇ ਅਤੇ ਧਰਮ ਦਾ ਪ੍ਰਚਾਰ ਕਰਦੇ ਨੇ। ਸ਼ੰਕਰ ਦੇਵ ਜੀ ਦੇ ਬਾਰੇ 'ਚ ਇਹ ਕਿਹਾ ਗਿਆ ਹੈ ਕਿ ਜਦੋਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਮਿਲੇ ਸੀ ਅਤੇ ਉਹਨਾਂ ਦੀ ਆਈਡੀਓਲੋਜੀ ਤੋਂ ਬਹੁਤ ਪ੍ਰਭਾਵਿਤ ਸੀਗੇ। ਇਹ ਸਥਾਨ ਕਾਫੀ ਪੁਰਾਤਨ ਹੈ, ਜਿਹਦੇ ਕਿ ਸਬੂਤ ਇੱਥੇ ਮੌਜੂਦ ਨੇ, ਜਿਹਦੇ ਵਿੱਚ ਸ਼ੰਕਰ ਦੇਵ ਜੀ ਦੀ ਖੜਾਵਾਂ ਅਤੇ ਉਹਨਾਂ ਦੇ ਸ਼ਿਸ਼ ਦੀ ਖੜਾਵਾਂ ਇੱਥੇ ਰੱਖੀਆਂ ਹੋਈਆਂ ਨੇ। ਸ਼ੰਕਰ ਦੇਵ ਜੀ ਦੇ ਹਸਤ ਲਿਖਿਤ ਜਿਹੜੇ ਮੈਨੋਸਕ੍ਰਿਪਚਰਸ ਨੇ ਉਹ ਵੀ ਇੱਥੇ ਪਏ ਨੇ, ਜਿਹੜੇ ਕਿ ਇਹਨਾਂ ਨੇ ਸਾਨੂੰ ਦਿਖਾਏ। ਉਪਰੰਤ ਪਿੱਛੇ ਇੱਕ ਜੋਤ ਵੀ ਹੈ ਜਿਹਨੂੰ ਅਖੰਡ ਜੋਤ ਕਹਿੰਦੇ ਨੇ, ਜਿਹੜੀ ਕਿ 100 ਸਾਲ ਪੁਰਾਣੀ ਇਹਨਾਂ ਦੇ ਹਿਸਾਬ ਨਾਲ ਉਹ ਜਲਦੀ ਆ ਰਹੀ ਹੈ। ਧਰਮ ਹਮੇਸ਼ਾ ਆਸਥਾ ਨਾਲ ਜੁੜਿਆ ਹੁੰਦਾ ਹੈਗਾ, ਇੱਥੇ ਵੀ ਗੂੜੀ ਆਸਥਾ ਹੈ ਜਿੱਦਾਂ ਕਿ ਪ੍ਰਮਾਣ ਸਾਨੂੰ ਦੇਖਣ ਨੂੰ ਮਿਲਿਆ। ਆਓ ਤੁਹਾਨੂੰ ਇਸ ਸਥਾਨ ਦੇ ਹੋਰ ਦਰਸ਼ਨ ਕਰਵਾਉਂਦੇ ਹਾਂ। ਖੇਡ ਰਚਾਈ ਤੂੰ ਹੀ ਦੁਨੀਆ ਵਾਲੀ ਖੇਡ ਰਚਾਈ ਹਰ ਡੁੱਬਦੀ ਵੇੜੀ। ਆਪਕੋ ਮਾਲੂਮ ਹੈ ਕਿ ਸ਼੍ਰੀਮੰਤ ਸ਼ੰਕਰ ਦੇਵ ਜੀ ਔਰ ਗੁਰੂ ਨਾਨਕ ਦੇਵ ਜੀ ਆਪਸ ਮੇਂ ਮਿਲੇ ਥੇ? ਹਾਂ, ਇਹ ਜੋ ਧੁਬਰੀ ਹੈ ਵਹਾਂ ਪਰ ਮਿਲਾ ਹੁਆ ਇਹ ਹਮਨੇ ਸੁਨਾ ਹੈ। ਅੱਛਾ, ਔਰ ਆਪਕੇ ਧਰਮ ਮੇਂ ਵੀ ਹਮਾਰੇ ਧਰਮ ਕੀ ਥੋੜਾ ਸਾ ਬਹੁਤ ਕੁਛ ਮੇਲ ਜੁਲ ਹੈ। जैसे हम लोग भी ग्रंथ की ही सेवा देते हैं, आप लोग जैसे ग्रंथ साहब को सेवा भक्ति देते हैं, हम लोग भी श्रीमद् भागवत पुराण को ही सेवा भक्ति देते हैं। परंतु जो अज्ञानी है उनको बुझाने के समझाने के लिए मूर्ति कभी कभी व्यवहार करते हैं, परंतु जो मूल सेवा भक्ति है हम लोग ग्रंथ की ही देते हैं। कूच बिहार वेस्ट बंगाल स्थित मधुपुर धाम इतने आके सू बहुत ही चंगा लग्या। ਇੱਥੇ ਦੇ ਜਿਹੜੇ ਮਹੰਤ ਨੇ ਲਖਮੀ ਚੰਦ ਜੀ, ਉਹਨਾਂ ਨੇ ਸਾਡੀ ਬਹੁਤ ਆਓ ਭਗਤ ਕੀਤੀ, ਸਾਡਾ ਸਨਮਾਨ ਕੀਤਾ। ਸਾਨੂੰ ਇੱਥੇ ਦੇ ਸਰੋਪੇ ਜਿਹੜੇ ਕਿ ਹੈਂਡ ਵੂਮਨ ਸਰੋਪੇ ਨੇ, ਜਿਹੜੇ ਤੁਸੀਂ ਮੇਰੇ ਗਲੇ 'ਚ ਵੇਖ ਸਕਦੇ ਹੈਗੇ ਹੋ, ਇਹ ਮੈਨੂੰ ਅਤੇ ਮੇਰੀ ਟੀਮ ਨੂੰ ਪਾਏ। ਅਤੇ ਜਿਹੜੀ ਸਭ ਤੋਂ ਚੀਜ਼ ਚੰਗੀ ਸਾਨੂੰ ਇੱਥੇ ਆ ਕੇ ਲੱਗੀ ਉਹ ਇਹ ਹੈਗੀ, ਦੋਨੋਂ ਧਰਮਾਵਾਂ ਦੀ ਸਮਾਨਤਾਵਾਂ, ਉਹ ਸਮਾਨਤਾਵਾਂ 'ਤੇ ਹੀ ਇਹ ਧਰਮ ਟਿਕਿਆ ਹੋਇਆ ਹੈਗਾ। ਜੋ ਲਕਸ਼ ਗੁਰੂ ਨਾਨਕ ਦੇਵ ਜੀ ਦਾ ਸੀ, ਸਿਮਰਨ ਲਕਸ਼ ਜਿਹੜਾ ਸੀਗਾ ਉਹ ਸ਼੍ਰੀਮਾਨ ਸ਼ੰਕਰ ਦੇਵ ਜੀ ਦਾ ਵੀ ਸੀ। ਹੁਣ ਅਸੀਂ ਚਾਲੇ ਪਾਉਣ ਲੱਗੇ ਹਾਂ ਟੁਬਰੀ ਸਾਹਿਬ ਗੁਰਦੁਆਰਾ ਜਿੱਥੇ ਹੈ, ਜਿਹੜਾ ਕਿ ਆਸਾਮ ਵਿਖੇ ਹੈ। ਇੱਥੋਂ 2.5-3 ਘੰਟੇ ਦਾ ਸਫ਼ਰ ਹੈ, ਉੱਥੇ ਜਾ ਕੇ ਤੁਹਾਨੂੰ ਅਗਲੀ ਅਪਡੇਟ ਦੇਵਾਂਗੇ। ਮਧੁਪੁਰ ਧਾਮ ਤੋਂ ਬਾਅਦ ਹੁਣ ਅਸੀਂ ਚੱਲੇ ਹੈਗੇ ਹਾਂ ਟੁਬਰੀ ਸਾਹਿਬ, ਜਿੱਥੇ ਗੁਰਦੁਆਰਾ ਹੈ, ਗੁਰਦੁਆਰਾ ਗੁਰੂ ਤੇਗ ਬਹਾਦਰ ਜੀ ਦਾ, ਜਿਹੜਾ ਕਿ ਗੁਰੂ ਨਾਨਕ ਦੇਵ ਜੀ ਦੇ ਨਾਲ ਸੰਬੰਧਿਤ ਹੈ। ਤਕਰੀਬਨ 2.25-2 ਘੰਟੇ ਦੀ ਡਰਾਈਵ ਹੈ ਇੱਥੋਂ। ਉੱਥੇ ਜਾ ਕੇ ਰਾਤ ਅਸੀਂ ਉੱਥੇ ਹੀ ਗੁਜ਼ਾਰਾਂਗੇ ਅਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਂਗੇ ਅਤੇ ਹੋਰ ਵੀ ਉਹਨਾਂ ਦਾ ਇਤਿਹਾਸ ਪਤਾ ਕਰਾਂਗੇ। ਉਪਰੰਤ ਜਿਹੜੇ ਨੇੜੇ ਤੇੜੇ ਆਸਾਮ ਦੇ ਅੰਦਰ ਹੋਰ ਗੁਰਦੁਆਰਾ ਸਾਹਿਬ ਨੇ ਉਹਨਾਂ ਦੇ ਵੀ ਦਰਸ਼ਨ ਕਰਾਂਗੇ। ਤਕਰੀਬਨ 4 ਗੁਰਦੁਆਰੇ ਇਸ ਇਲਾਕੇ 'ਚ ਹੋਰ ਨੇ ਜਿਹੜੇ ਕਿ ਇਤਿਹਾਸਿਕ ਨੇ, ਉਹ ਸਾਰੇ ਉਨ ਸਥਾਨਾਂ 'ਤੇ ਅਸੀਂ ਜਾਵਾਂਗੇ ਅਤੇ ਉਸ ਤੋਂ ਬਾਅਦ ਸਾਡਾ ਨੈਕਸਟ ਡੈਸਟੀਨੇਸ਼ਨ ਹੋਏਗਾ ਅਰੁਣਾਚਲ ਪ੍ਰਦੇਸ਼। ਤੇਰੇ ਗੁਣ ਗਾਵਾਂ। ਅਚਾਨਕ ਬਹੁਤ ਤੇਜ਼ ਬਰਸਾਤ ਸ਼ੁਰੂ ਹੋ ਗਈ, ਮੈਂ ਤਾਂ ਜਿਸ ਤਰ੍ਹਾਂ ਦੱਸਿਆ ਸੀ ਇੱਥੇ ਮੌਸਮ ਦਾ ਕੁਝ ਵੀ ਨਹੀਂ ਪਤਾ ਲੱਗਦਾ, ਇੱਕਦਮ ਧੁੱਪ ਹੁੰਦੀ ਹੈ, ਇੱਕਦਮ ਬਰਸਾਤ ਆ ਜਾਂਦੀ ਹੈਗੀ ਅਤੇ ਬਹੁਤ ਹੀ ਅਨਐਕਸਪੈਕਟਡ ਬਰਸਾਤ ਹੈ, ਬਹੁਤ ਹੀ ਧੂੰਆਂਦਾਰ ਬੜੀ ਤੇਜ਼ ਬਰਸਾਤ ਹੋ ਰਹੀ ਹੈਗੀ। ਅੱਗੇ ਤਾਂ ਕੁਛ ਨਜ਼ਰ ਨਹੀਂ ਆ ਰਿਹਾ, ਇਸ ਕਰਕੇ ਸਿੱਧੀ ਫੋਗ ਲਾਈਟਸ ਵੀ ਔਨ ਕੀਤੀਆਂ ਹੋਈਆਂ ਨੇ। ਜੈਸੇ ਸੱਚ ਮੇਰਾ ਹੋ ਰਜਾਈ, ਤੇਰੇ ਗੁਣ ਗਾਵਾਂ ਤੇ ਬੁਝਾਈ, ਤੇਰੇ ਗੁਣ ਗਾਵਾਂ ਤੇ ਬੁਝਾਈ। ਬਰਸਾਤ ਹੈਗੀ, ਰੁਕਣ ਦਾ ਨਾਂ ਨਹੀਂ ਲੈ ਰਹੀ ਅਤੇ ਹੋਰ ਬਰਸਾਤ ਹੋਣ ਦੇ ਬਾਵਜੂਦ ਵੀ
ਆਖਿਰਕਾਰ ਅਸੀਂ ਟੁਬਰੀ ਸਾਹਿਬ ਪਹੁੰਚ ਗਏ। ਇੱਥੇ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਗੁਰਦੁਆਰਾ ਹੈ, ਗੁਰਦੁਆਰਾ ਡੁਬਰੀ ਸਾਹਿਬ, ਜਿੱਥੇ ਕਿ ਸੱਚੇ ਪਿਤਾ ਗੁਰੂ ਨਾਨਕ ਦੇਵ ਜੀ ਵੀ ਆਏ ਸੀ। ਕਮਰੇ ਇੱਥੇ ਬੁੱਕ ਨੇ ਸਾਰੇ, ਕਿਉਂਕਿ ਕੱਲ੍ਹ ਗੁਰਦੁਆਰਿਆਂ ਦੀ ਇੱਥੇ ਦੀ ਮੀਟਿੰਗ ਹੈਗੀ, ਜਿਸ ਕਰਕੇ ਸਾਰੇ ਕਮਰੇ ਲੱਗੇ ਹੋਏ ਨੇ। ਅਤੇ ਗੁਰਦੁਆਰਾ ਪ੍ਰਬੰਧਕਾਂ ਨੇ ਸਾਡਾ ਇੰਤਜ਼ਾਮ ਜਿਹੜਾ ਇੱਥੇ ਨਾਲ ਸਰਕਿਟ ਹਾਊਸਿਸ ਕਰਾਇਆ ਹੈਗਾ, ਜਿੱਥੇ ਕਿ ਅਸੀਂ ਜਾ ਰਹੇ ਹਾਂ ਹੁਣ। ਅੱਜ ਦਾ ਦਿਨ ਅਸੀਂ ਇੱਥੇ ਖਤਮ ਕਰਨੇ ਹਾਂ। ਕੱਲ੍ਹ ਦੇ ਦਿਨ ਦੀ ਸ਼ੁਰੂਆਤ ਕਰਾਂਗੇ ਗੁਰਦੁਆਰਾ ਡੁਬਰੀ ਸਾਹਿਬ ਨਾਲ, ਅਤੇ ਆਪ ਜੀ ਨੂੰ ਸਵੇਰੇ ਫਿਰ ਮਿਲਾਂਗੇ। ਤਦ ਤੱਕ ਦੇਖਦੇ ਰਹੋ ਦ ਟਰਬਨ ਟ੍ਰੈਵਲਰ ਐਂਡ ਹਿਸ ਸਪਿਰਚੁਅਲ ਜਰਨੀ ਔਨ PTC ਨੈਟਵਰਕ। ਛੱਡੀ ਨਾ ਕਦੇ ਮੇਰੀ ਬਾਂ ਬਾਬਾ ਨਾਨਕਾ, ਬਖਸ਼ ਦੇਵੀ ਮੇਰੇ ਤੂੰ ਗੁਨਾ ਬਾਬਾ ਨਾਨਕਾ। ਛੱਡੀ ਨਾ ਕਦੇ ਮੇਰੀ ਬਾਂ ਬਾਬਾ ਨਾਨਕਾ।